attack. Thank you. Waheguru Ji Ka Khalsa, Waheguru Ji Ki Fateh. I really appreciate and commend Mr. Nguyen who delivered his speech in less than a minute. Thank you again. That was very nice. Now I'm going to change the gear to our holy places in Pakistan. So, main Shahidshabbir Ji nu binti karanga ki wo aapke nal Pakistan de andar jo gurukar dhaman hai unhan ne darshan sikhaye jana ni ground ji. So aao hun darshan karo. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਜੀ ਸ਼ਾਹਿਦ ਸ਼ਬੀਰ ਲੋਕ ਪਿਆਰ ਨਾਲ ਬਾਬਾ ਜੀ ਕਹਿੰਦੇ ਨੇ ਫੇਸਬੁੱਕ ਦੇ ਉੱਤੇ ਬਹੁਤ ਜ਼ਿਆਦਾ ਸਾਰੇ ਫੋਲੋਅਰਸ ਨੇ ਆਲ ਓਵਰ ਦਾ ਵਰਲਡ ਤੁਸੀਂ ਸੁਬਹ ਸ਼ਾਮ ਜਿੰਨਾ ਗੁਰੂ ਘਰਾਂ ਦੇ ਮੁਤਲਕ ਅਰਦਾਸ ਕਰਦੇ ਹੋ ਕਿ ਸੇਵਾ ਸੰਭਾਲ ਜਿਹੜੀ ਹੈ ਸੰਗਤ ਨੂੰ ਦੁਬਾਰਾ ਬਖਸ਼ੀ ਜਾਵੇ ਮੈਂ ਉਹੀ ਗੁਰੂ ਘਰ ਜਿਹੜੇ ਨੇ ਜਿਹੜੇ ਕਿ ਬਿਲਕੁਲ ਗੈਰ ਬਾਤ ਪਏ ਹੋਏ ਨੇ ਅਬਾਊਟਡ ਨੇ ਉਹਨਾਂ ਨੂੰ ਲੈ ਕੇ ਔਰ ਖਾਲਸਾ ਜੀ ਦੀ ਸਰਵਿਸਿਜ਼ ਜਿਹੜੀਆਂ ਨੇ ਪਾਕਿਸਤਾਨ ਅੰਦਰ ਰਹਿ ਗਈਆਂ ਨੇ 47 ਤੋਂ ਪਹਿਲੇ ਖਾਲਸਾ ਰਾਜ ਨੇ ਕੀ ਕੀਤਾ ਸੀ 47 ਤੱਕ ਦੇ ਤਮਾਮ ਨਿਸ਼ਾਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਪਤਾ ਹੈ ਜੀ ਜਨਮ ਸਥਾਨ ਗੁਰਦੁਆਰਾ ਦਾ ਜਿੱਥੇ ਕਿ ਬਾਬਾ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ ਇਹ ਪਲੇਟ ਹੈ ਬਾਹਰ ਦੇ ਦਰਵਾਜ਼ੇ ਦੀ ਮੈਨੂੰ ਬਹੁਤ ਅੱਛੀ ਲੱਗਦੀ ਹੈ ਮੈਂ ਆਪਣੀ ਪ੍ਰੈਜੈਂਟੇਸ਼ਨ ਸਭ ਤੋਂ ਪਹਿਲੇ ਤੋਂ ਸ਼ੁਰੂ ਕਰਦਾ ਹਾਂ ਗੁਰਦੁਆਰਾ ਸ੍ਰੀ ਭਾਈ ਜੋਗਾ ਸਿੰਘ ਅਗਰ ਮਾਡਰਨ ਡੇਜ਼ ਵਿੱਚ ਤੁਸੀਂ ਪਾਕਿਸਤਾਨ ਦੇ ਅੰਦਰ ਸਿੱਖ ਲਾਈਫ ਬਾਰੇ ਜਾਣਨਾ ਚਾਹੁੰਦੇ ਹੋ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਔਰ ਬੰਦੇ ਦਾ ਦਿਲ ਤਾਜ਼ਾ ਹੋ ਜਾਂਦਾ ਹੈ ਇਹ ਗੁਰੂ ਘਰ ਦੇਖ ਕੇ ਇਹ ਲਾਸਟ ਈਅਰ ਗੁਰਪੁਰਬ ਦੀਆਂ ਤਸਵੀਰਾਂ ਨੇ ਜੀ ਇਹ ਬੱਚੇ ਜਿਹੜੇ ਸਿੱਖੀ ਦਾ ਰੂਪ ਲੈ ਕੇ ਬੈਠੇ ਹੋਏ ਨੇ ਮੈਂ ਕਹਿੰਦਾ ਅਗਰ ਕਿਸੇ ਨੇ ਸਿੱਖੀ ਬਾਰੇ ਕੁਛ ਸਿੱਖਣਾ ਹੈ ਇਸ ਜਗ੍ਹਾ ਦੇ ਉੱਤੇ ਜਾ ਕੇ ਇਹਨਾਂ ਬੱਚਿਆਂ ਤੋਂ ਜਿਹੜੇ ਕਿ ਦਿਨ 2 ਵਜੇ ਤੱਕ ਪਹਿਲੇ ਆਪਣਾ ਦੁਨਿਆਵੀ ਸਕੂਲ ਪੜ੍ਹਦੇ ਨੇ ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਧਾਰਮਿਕ ਸਕੂਲ ਜਿਹੜਾ ਉਹਦੇ 'ਚ ਆਪਣੀ ਧਾਰਮਿਕ ਸਟੱਡੀਜ਼ ਜਿਹੜੀਆਂ ਨੇ ਉਹ ਕਰਦੇ ਨੇ ਔਰ ਹਰ 10 ਸਾਲ ਦੇ ਤੱਕ ਪਹੁੰਚਣ ਵਾਲਾ ਬੱਚਾ ਜਿਹੜਾ ਮੁਕੰਮਲ ਪਾਠ ਸਿੱਖਦਾ ਹੈ ਇਹ ਗੁਰੂ ਘਰ ਮਹਾਰਾਜਾ ਰਣਜੀਤ ਸਿੰਘ ਦੇ ਕਹਿਣੇ 'ਤੇ ਬਣਾਇਆ ਗਿਆ ਸੀ ਔਰ ਨੌ ਡੇਸ ਜਿਹੜੀ ਇਹਦੀ ਲੁੱਕ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਉੱਤੇ 12 ਦਰੀ ਹੈ ਨਿਸ਼ਾਨ ਸਾਹਿਬ ਦੀ ਜਗ੍ਹਾ ਔਰ ਲੈਫਟ ਸਾਈਡ ਤੇ ਗਿਆਨੀ ਜੀ ਬੈਠੇ ਹੋਏ ਨੇ ਗੁਰਦੁਆਰਾ ਬਾਈ ਬੀਬਾ ਸਿੰਘ ਹਸ਼ਤ ਨਗਰੀ ਪਿਸ਼ਾਵਰ ਇਹ ਗੁਰੂ ਘਰ ਜਿਹੜਾ ਹੈ 73 ਸਾਲ ਤੱਕ ਸੰਗਤ ਕੋਲੋਂ ਵਿਛੜਿਆ ਰਿਹਾ 47 ਤੋਂ 3 ਸਾਲ ਪਹਿਲੇ ਹੀ ਇਸ ਗੁਰੂ ਘਰ ਨੂੰ ਬੰਦ ਕਰ ਦਿੱਤਾ ਗਿਆ ਸੀ ਲੇਕਿਨ ਪੁਰਜ਼ੋਰ ਅਪੀਲ ਸੰਗਤ ਨੇ ਵੀ ਕੀਤੀ ਅਸੀਂ ਰਿਸਰਚਰ ਵੀ ਜਿਹੜੇ ਆ ਨਾਲ ਜੁੜੇ ਰਹੇ ਹਾਂ ਤੇ ਬਹੁਤ ਸ਼ੁਕਰ ਹੈ ਕਿ ਇਹ ਗੁਰੂ ਘਰ ਜਿਹੜਾ ਦੁਬਾਰਾ ਸੰਗਤ ਦੇ ਹਵਾਲੇ ਕਰ ਦਿੱਤਾ ਗਿਆ ਇਹ ਰੈਨੋਵੇਟ ਹੋਣ ਤੋਂ ਪਹਿਲੇ ਔਰ ਰੈਨੋਵੇਟ ਹੋਣ ਤੋਂ ਬਾਅਦ ਦੀਆਂ ਤਸਵੀਰਾਂ ਨੇ ਮੇਨ ਦੀਵਾਨ ਹਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਰੈਨੋਵੇਸ਼ਨ ਤੋਂ ਪਹਿਲੇ ਔਰ ਹੁਣ ਇਸ ਦੀ ਅਸੀਂ ਹੋਰ ਬਹੁਤ ਜ਼ਿਆਦਾ ਸਾਰੇ ਗੁਰੂ ਘਰ ਨੇ ਜਿਹਨਾਂ ਬਾਰੇ ਕੋਸ਼ਿਸ਼ ਕਰਨੇ ਪਏ ਹਾਂ ਕਿ ਪੰਜਾਬ ਗਵਰਨਮੈਂਟ ਗਵਰਨਮੈਂਟ ਆਫ ਪਾਕਿਸਤਾਨ ਪਹਿਲੀ ਪਾਤਸ਼ਾਹੀ ਦੇ ਗੁਰਦੁਆਰੇ ਜਿੱਥੇ ਵੀ ਹਨ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਹੈ ਜਲਦੀ ਤੋਂ ਜਲਦੀ ਕਰੇ ਇਹ ਹੈ ਜੀ ਪਹਿਲੇ ਤੋਂ ਸਮਾਧ ਨਜ਼ਰ ਆ ਰਹੀ ਹੈ ਸਾਹਮਣੇ ਬਾਬਾ ਫੂਲਾ ਸਿੰਘ ਅਕਾਲੀ ਜੀ ਦੀ ਔਰ ਪਿੱਛੇ ਉਹਨਾਂ ਦਾ ਨਿਹੰਗ ਸਿੰਘ ਦਾ ਕੈਂਟ ਹੈ ਜੀ ਨਿਹੰਗ ਸਿੰਘਾਂ ਦੀ ਚੌਕੀ ਹੈ ਜਿੱਥੋਂ ਕਿ ਨਿਹੰਗ ਸਿੰਘ ਸ਼ੁਰੂ ਹੁੰਦੇ ਨੇ ਇੱਥੇ ਉਹ ਪ੍ਰੈਕਟਿਸ ਕੀਤੀ ਜਾਂਦੀ ਸੀ ਇਹ ਦੁਨੀਆਂ ਦਾ ਵਾਹਿਦ ਗੁਰੂ ਘਰ ਹੈ ਜਿਹੜਾ ਰੈੱਡ ਮਾਰਬਲ ਦੇ ਨਾਲ ਸਜਾਇਆ ਗਿਆ ਇਹ 2010 ਦੇ ਵਿੱਚ ਪਾਕਿਸਤਾਨ ਦੇ ਜਿਹੜਾ ਹੜ੍ਹ ਆਇਆ ਨੌਰਥ ਵੈਸਟ ਦੇ ਵਿੱਚ ਉਹਦੇ ਵਿੱਚੋਂ ਇਹਦੀ ਛੱਤ ਖਿੜਕੀਆਂ ਔਰ ਦਰਵਾਜ਼ੇ ਜਿਹੜੇ ਨੇ ਉਹ ਪਾਣੀ ਜਿਹੜਾ ਲੈ ਗਿਆ ਕਾਬਲ ਰਿਵਰ ਤੋਂ ਇਹ ਸਮਾਧ ਹੈ ਜੀ ਬਾਬਾ ਫੂਲਾ ਸਿੰਘ ਅਕਾਲੀ ਜੀ ਦੀ ਨਸ਼ਾਰਾ ਕੈਂਟ ਤੋਂ ਅਗਰ ਤੁਸੀਂ ਰਿਵਰ ਕ੍ਰੋਸ ਕਰੋ ਦਰਿਆ ਦੇ ਪਰਲੇ ਪਾਸੇ ਇੱਕ ਪਿੰਡ ਹੈ ਜਿਹਨੂੰ ਕਿ ਸਬਾਕ ਸ਼ਰੀਫ ਕਿਹਾ ਜਾਂਦਾ ਉਹਦੇ ਪਿੰਡੇ ਦੇ ਉੱਤੇ ਇਹ ਨਿਹੰਗ ਸਿੰਘ ਦੀ ਚੌਕੀ ਔਰ ਇੱਕ ਮਰਬਾ ਜ਼ਮੀਨ ਪੈਲੀ ਜਿਹੜੀ ਆ ਖਾਲੀ ਪਈ ਹੋਈ ਹੈ ਗੁਰਦੁਆਰਾ ਸੰਤ ਬਾਈ ਕਰਮ ਸਿੰਘ ਮਰਦਾਨ ਹੋਦੀ ਵਾਲੇ 100 ਸਾਲ ਪਹਿਲੇ ਇਹਦੀ ਤਸਵੀਰ ਔਰ 9 ਡੇਜ਼ ਜਿਹੜੀ ਹੈ ਇਹਦੀ ਕਾਰ ਸੇਵਾ ਜਾਰੀ ਹੈ ਉਹਦੀ ਤਸਵੀਰ ਹੈ ਵੈਸੇ ਤੇ ਬਾਈ ਕਰਮ ਸਿੰਘ ਜੀ
ਪੈਦਾ ਹੁੰਦੇ ਨੇ ਪੰਜਾ ਸਾਹਿਬ ਦੇ ਕੋਲ ਇੱਕ ਪਿੰਡ ਦੇ ਵਿੱਚ, ਲੇਕਿਨ ਆਰਮੀ ਦੀ ਨੌਕਰੀ ਖਤਮ ਕਰਨ ਤੋਂ ਬਾਅਦ ਇਹਨਾਂ ਦੀ ਡਿਊਟੀ ਜਿਹੜੀ ਸੀ ਮੈਦਾਨ ਦੇ ਵਿੱਚ ਲੱਗੀ ਸੀ। ਉਸ ਵੇਲੇ 100 ਸਾਲ ਪਹਿਲੇ, ਤਕਰੀਬਨ ਕੋਈ 80-90 ਸਾਲ ਪਹਿਲੇ, ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਜ਼ਿੰਦਗੀ ਕਿੰਨੀ ਮੁਸ਼ਕਲ ਹੋਏਗੀ ਉਸ ਜਗ੍ਹਾ ਦੀ। 9 ਡੇਜ਼ ਕਾਫੀ ਮੁਸ਼ਕਲ ਹੈ ਜੀ, ਉੱਥੇ ਥੋੜ੍ਹੀ ਜਿਹੀ ਸੰਗਤ ਹੈ। ਇਹ ਕਾਰ ਸੇਵਾ ਜਿਹੜੀ ਜਾਰੀ ਹੈ ਗੁਰੂ ਘਰ ਦੀ। ਅੱਜ ਦਾ ਸਧਾਰਨ ਹੋਣ ਦੇ ਬਾਵਜੂਦ ਇੱਥੇ 2 ਗੁਰੂ ਘਰ ਹਲੇ ਵੀ ਮੌਜੂਦ ਨੇ। ਵੈਸੇ ਤਾਰੀਖ ਜਿਹੜੀ ਦੱਸਦੀ ਹੈ ਇੱਥੇ 6 ਗੁਰੂ ਘਰ ਸਨ, ਲੇਕਿਨ ਇਹ ਨਵਾਂ ਗੁਰੂ ਘਰ ਜਿਹੜਾ ਬਣਾਇਆ ਗਿਆ ਗੁਰਦੁਆਰਾ ਸ੍ਰੀ ਪੰਚਾਇਤ ਸਾਹਿਬ ਕਿਹਾ ਜਾਂਦਾ ਉਹਨੂੰ, ਪੰਚਾਇਤੀ ਗੁਰਦੁਆਰਾ, ਯਾਨੀ ਕਿ ਸੰਗਤ ਦਾ ਕੋਈ ਵੀ ਦਿਨ ਤਿਉਹਾਰ ਆਉਂਦਾ ਤੇ ਫਿਰ ਗੁਰੂ ਘਰ ਵਿੱਚ ਪ੍ਰੋਪਰ ਜਿਹੜਾ ਪਾਠ ਹੁੰਦਾ ਔਰ ਲੰਗਰ ਵਗੈਰਾ ਵੀ ਸੇਵਾ ਵੀ ਕੀਤੀ ਜਾਂਦੀ ਹੈ। ਇਹ ਦੀਵਾਨ ਹਾਲ ਦੇ ਮੰਜ਼ਰ ਨੇ ਜੀ ਗੁਰੂ ਗੁਰੂ ਘਰ ਦੇ। ਇੱਕ ਮੋਨੂਮੈਂਟ ਹੈ ਜੀ, ਇਹ ਮੋਨੂਮੈਂਟ ਸਿਰਫ ਮੈਂ ਇਸ ਦਿਖਾ ਰਿਹਾ ਕਿ ਇੱਥੇ ਪੰਜਾਬੀ ਸੂਰਮਿਆਂ ਨੇ ਘੱਟੋ ਘੱਟ 101 ਪੰਜਾਬੀ ਜਵਾਨ ਜਿਹੜਾ ਉਹਨਾਂ ਨੇ ਆਪਣੀ ਜਾਨ ਦਿੱਤੀ ਸੀ, ਸ਼ਹੀਦੀਆਂ ਦਿੱਤੀਆਂ ਸੀ ਪੰਜਾਬ ਨੂੰ ਬਚਾਉਣ ਵਾਸਤੇ। ਕਾਬਲ ਵਾਲੀ ਸਾਈਡ ਤੋਂ ਅਟੈਕ ਹੁੰਦਾ ਸੀ ਉਸ ਜਗ੍ਹਾ ਤੋਂ। ਇੱਥੇ ਨਾ ਸਿਰਫ ਸਿੱਖ ਵੀਰ, ਨਾ ਕਿ ਮੁਸਲਿਮ, ਹਿੰਦੂ, ਤਿੰਨਾਂ ਧਰਮਾਂ ਦੇ ਲੋਕਾਂ ਦੇ ਨਾਮ ਦੀਆਂ ਫੱਟੀਆਂ ਜਿਹੜੀਆਂ ਉਹ ਸਟਿਲ ਲੱਗੀਆਂ ਹੋਈਆਂ। ਇਹ ਡਿਟੇਲਸ ਨੇ ਉਹ। ਇਹ ਘਰ ਹੈ ਜੀ ਸਰਦਾਰ ਹੀਰਾ ਸਿੰਘ ਜੀ ਦਾ। ਇਹਨਾਂ ਦੀ ਕਦੀ ਸੁਨਿਆਰਿਆਂ ਦੀ ਦੁਕਾਨ ਹੁੰਦੀ ਸੀ। ਇਹਨਾਂ ਦੀ ਕਾਫੀ ਸਰਵਿਸਿਸ ਨੇ, ਇਹਨਾਂ ਨੇ ਪਾਣੀ ਦਾ ਖੂਹ ਲਵਾਇਆ, ਫਿਰ ਉਸ ਤੋਂ ਬਾਅਦ ਪਿੰਡ ਦੇ ਸਕੂਲ ਦੀ ਸੇਵਾ ਕੀਤੀ, ਕੁਛ ਰਸਤਾ ਪੱਕਾ ਕਰਵਾਇਆ, ਇਹਨਾਂ ਦੀ ਕਾਫੀ ਸੇਵਾ ਦੋਹਰਾ ਬਦਾਲ ਪਿੰਡ ਵਿੱਚ। ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਖਾਲਸਾ ਜੀ ਦੀਆਂ ਬਹੁਤ ਜ਼ਿਆਦਾ ਸਰਵਿਸਿਸ ਜਿਹੜੀਆਂ ਨੇ ਨੌਰਥ ਵੈਸਟ ਪੰਜਾਬ ਦੇ ਅੰਦਰ ਸਟਿਲ ਆਪਣੇ ਮੂੰਹੋਂ ਬੋਲਦੀਆਂ ਨੇ, ਕੋਈ ਦੱਸੇ ਨਾ ਦੱਸੇ। ਤੁਸੀਂ ਇਹ ਦੇਖੋ ਉਰਦੂ ਦੇ ਵਿੱਚ ਲਿਖਿਆ ਤਮੀਰਾ ਚਾਹ ਕਿ ਵੈਲ ਬਿਲਟ ਬਾਏ ਸਰਦਾਰ ਹੀਰਾ ਸਿੰਘ ਚੌਧਰੀ ਨਿਹਾਲ ਸਿੰਘ ਦਾ ਪੁੱਤਰ ਔਰ 1922 ਦਾ ਸੰਨ ਜਿਹੜਾ ਉਹ ਲਿਖਿਆ ਹੋਇਆ ਪਿੰਡ ਦੌਰਾ ਦਾਲ। ਇਹ ਰਸਤੇ ਵਿੱਚ ਖੂਹ ਖੁੰਡਿਆ ਗਿਆ ਖਾਲਸਾ ਜੀ ਵੱਲੋਂ ਕਿ ਲੋਕ ਇੱਥੋਂ ਆਉਂਦੇ ਜਾਂਦੇ ਮੁਸਾਫਰ ਜਿਹੜੇ ਨੇ, ਇੱਥੇ ਪਾਣੀ ਦੀ ਬੜੀ ਥੋੜ੍ਹ ਹੈ, ਪਾਣੀ ਬਹੁਤ ਦੂਰ ਹੈ, ਲੇਕਿਨ ਜਾ ਬਜਾ ਤੁਹਾਨੂੰ ਖਾਲਸਾ ਜੀ ਦੇ ਪਿੰਡਾਂ ਦੇ ਵਿੱਚ ਇਹ ਸਰਵਿਸਿਸ ਨਜ਼ਰ ਆਉਂਦੀਆਂ। ਇਹ ਗੁਰਦੁਆਰਾ ਬਾਈ ਖਾਨ ਸਿੰਘ ਕੋਟ ਫਤਿਹ ਖਾਨ, ਜਿਹੜੇ ਲੋਕ ਕੈਮਲਪੁਰ ਨੂੰ ਜਾਣਦੇ ਨੇ ਪੁਰਾਣੇ, 9 ਡੇਜ਼ ਦੇ ਵਿੱਚ ਅਟਕ ਸਿਟੀ ਹੈ ਔਰ ਅਟਕ ਦਾ ਕਿਲ੍ਹਾ ਬੜਾ ਮਸ਼ਹੂਰ ਹੈ। ਉਸੇ ਡਿਸਟ੍ਰਿਕਟ ਦੇ ਅੰਦਰ ਕੋਟ ਫਤਿਹ ਖਾਨ ਇੱਕ ਏਰੀਆ ਹੈ, ਉੱਥੇ ਗੁਰੂ ਘਰ ਜਿਹੜਾ ਆਪਣੀ ਓਰੀਜਨਲ ਹਾਲਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਖਾਲਸਾ ਰਾਜ ਦੇ ਪਹਿਲੇ 10 ਸਾਲਾਂ ਦੇ ਵਿੱਚ ਬਣਵਾਇਆ ਸੀ। ਇਹਦੀ ਬਕਾਇਦਾ ਚਾਰਦਵਾਰੀ ਮੌਜੂਦ ਸੀ। ਅਗਰ ਗੇਟ ਦੇ ਉੱਤੇ ਦੇਖੋ ਤਾਂ ਇੱਕ ਮਾਰਬਲ ਦੀ ਪਲੇਟ ਨਜ਼ਰ ਆ ਰਹੀ ਹੈ, ਜਿਹੜੇ ਭਾਈ ਨੇ ਇਹਦੀ ਸੇਵਾ ਕੀਤੀ ਸੀ ਉਹ ਵੀ, ਔਰ ਅੰਦਰ ਗੁਰੂ ਘਰ ਦੀ ਹਰ ਇੱਕ ਪਲੇਟ ਦੇ ਉੱਤੇ ਸੇਵਾ ਕਰਾਈ ਜਿਹੜੀ ਹੈ ਅੱਜ ਵੀ ਉਹ ਮੌਜੂਦ ਹੈ। ਕਮੀ ਹੈ ਕਿ ਸਿਰਫ ਇੱਥੇ ਸੰਗਤ ਮੌਜੂਦ ਨਹੀਂ ਹੈ, ਇਸ ਕਰਕੇ ਗੁਰੂ ਘਰ ਜਿਹੜਾ ਉਹ ਵੀਰਾਨ ਗਿਆ ਹੋਇਆ। ਟਿੱਲਾ ਜੋਗੀਆਂ, ਇਹ ਤਾਲਾਬ ਨਜ਼ਰ ਆ ਰਿਹਾ। ਮੈਂ ਬਹੁਤ ਜ਼ਿਆਦਾ ਸਾਰੀਆਂ ਗੱਲਾਂ ਕਿਹਾ ਕੇ ਸੁਣੀਆਂ ਨੇ ਕਿ ਮੁਗਲ ਰਾਜ ਦੇ ਬਾਰੇ ਸਪੈਸ਼ਲੀ, ਲੇਕਿਨ ਇਹ ਜਿਹੜੀ ਸੇਵਾ ਹੈ ਇਹ ਕਿੰਗ ਜਹਾਂਗੀਰ ਦੀ ਜਿਹੜੀ ਹੈ, ਬਾਬਾ ਗੁਰੂ ਨਾਨਕ ਸਾਹਿਬ ਦੇ ਪਿਆਰ ਦੇ ਵਿੱਚ ਤਾਲਾਬ ਜਿਹੜਾ ਸੀ ਬਣਾਇਆ ਸੀ। ਵਾਧੋ ਅਗਰ ਤੁਸੀਂ ਕਹਿ ਸਕਦੇ ਹੋ ਤਾਂ 2, ਯਾਨੀ ਕਿ ਕਿੰਗ ਅਕਬਰ ਫਿਰ ਜਹਾਂਗੀਰ, ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਵਾਈ ਔਰ ਉਸ ਤੋਂ ਬਾਅਦ ਅੱਜ ਤੱਕ ਇਹ ਆਪਣੀ ਅਸਲ ਹਾਲਤ ਦੇ ਵਿੱਚ ਮੌਜੂਦ ਹੈ। ਬਾਬਾ ਜੀ ਜਦੋਂ ਆਪਣੀ 34 ਉਦਾਸੀ ਖਤਮ ਕਰਕੇ ਆ ਰਹੇ ਸਨ ਕਟਾਸ ਰਾਜ ਤੋਂ, ਤੇ ਇਹ 3200 ਫੁੱਟ ਜ਼ਮੀਨ ਤੋਂ ਉੱਚੇ ਇੱਕ ਟਿੱਲਾ ਬਣਿਆ ਹੋਇਆ ਪਹਾੜ, ਇਸੇ ਜਗ੍ਹਾ ਤੇ ਸਿੱਧ ਗੋਸ਼ਟੀ ਜਿਹੜੀ ਹੈ ਉਹ ਬਾਣੀ ਦੇ ਅੱਖਰ ਜਿਹੜੇ ਸਨ ਤੋਂ ਲਿਖੇ ਗਏ ਸਨ। ਇਹ ਦਰਬਾਰ ਛੋਟਾ ਛੋਟਾ ਦਰਬਾਰ ਸਾਹਿਬ ਹੈ। ਇਹ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਜਦੋਂ ਟਿੱਲੇ ਦੇ ਉੱਤੇ ਬੁਲਾਇਆ ਗਿਆ ਸੀ ਬਾਬਾ ਗੁਰੂ ਨਾਨਕ ਸਾਹਿਬ ਨੂੰ, ਥੱਲੋਂ ਬੜੇ ਬਾਇੱਜ਼ਤ ਤਰੀਕੇ ਨਾਲ ਗਰਾਊਂਡ ਫਲੋਰ ਤੋਂ ਉਹ ਲੈ ਕੇ ਆਏ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਵੀ ਇੱਥੇ ਮਹਾਦੇਵ ਦਾ ਟੈਂਪਲ ਹੈ, ਇੱਥੇ ਬਾਬਾ ਜੀ ਬੈਠ ਕੇ ਗੱਲ ਕਰੋ। ਲੇਕਿਨ ਬਾਬਾ ਜੀ ਨੇ ਉਸ ਜਗ੍ਹਾ ਤੇ ਬੈਠਣ ਤੇ ਇਨਕਾਰ ਕੀਤਾ ਸੀ, ਮਹਾਦੇਵ ਦੇ ਟੈਂਪਲ ਤੇ ਨਹੀਂ ਬੈਠੇ। ਇਹ ਦੇਖਿਆ ਜਾ ਸਕਦਾ ਹੈ ਕਿ ਕਾਰਨਰ ਨਜ਼ਰ ਆ ਰਿਹਾ ਮਹਾਦੇਵ ਦੇ ਟੈਂਪਲ ਦਾ, ਲੇਕਿਨ ਰਾਈਟ ਸਾਈਡ ਦੇ ਉੱਤੇ ਇੱਕ ਕਾਰਨਰ ਹੈ, ਉੱਥੇ ਬਾਬਾ ਗੁਰੂ ਨਾਨਕ ਸਾਹਿਬ ਬੈਠੇ ਸੀ, ਜਾਂ ਥੋੜ੍ਹਾ ਜਿਹਾ ਇਸ ਤੋਂ ਫਾਸਲੇ ਤੇ 600 ਸਾਲ ਪੁਰਾਣਾ ਇੱਕ ਕਹੂ ਦਾ ਦਰਖਤ ਹੈ ਜਿਹਨੂੰ ਔਲਿਵ ਦਾ ਟ੍ਰੀ ਕਿਹਾ ਜਾਂਦਾ, ਉਹਦੇ ਥੱਲੇ ਬੈਠੇ ਸਨ। ਉਹ ਦਰਖਤ ਅੱਜ ਵੀ ਆਪਣੀਆਂ ਸ਼ਾਨਾਂ ਦਿਖਾ ਰਿਹਾ ਹੈ, ਸਰਸਬਜ਼ ਔਰ ਬਹੁਤ ਸੋਹਣਾ ਹੈ। ਇਹ ਟਿੱਲਾ ਬਾਲ ਮੰਦਰੀ, ਇਹ ਟਿੱਲਾ ਜੋਗੀਆਂ ਦਾ ਸਭ ਤੋਂ ਉੱਚਾ ਸਥਾਨ ਹੈ। ਸਿੱਧ ਗੋਸ਼ਟੀ ਦੇ ਥੱਲੇ ਦੱਸਿਆ ਜਾਂਦਾ ਕਿ ਇਹ ਉਹ ਜਗ੍ਹਾ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ। ਗੁਰਦੁਆਰਾ ਨਰਨਕਾਰੀ ਬਾਜ਼ਾਰ ਰਾਵਲ ਪਿੰਡੀ, ਬਹੁਤ ਘੱਟ ਸੰਗਤਾਂ ਜਾਣਦੀਆਂ ਨੇ। ਇਹ 47 ਤੋਂ ਪਹਿਲੇ
ਅਗਰ ਸਿੱਖਿਜ਼ਮ ਦਾ ਹੈੱਡਕੁਆਟਰ ਸੀ ਤੇ ਉਹ ਰਾਵਲਪਿੰਡੀ ਸੀ। ਇਹ ਉਹੀ ਗੁਰੂ ਘਰ ਹੈ ਜਿੱਥੋਂ ਸਿੱਖ ਮੈਰਿਜ ਐਕਟ ਜਿਹਨੂੰ ਕਿ ਅਨੰਤਕਾਲ ਕਿਹਾ ਜਾਂਦਾ ਉਹ ਇਸ ਗੁਰੂ ਘਰ ਤੋਂ ਸ਼ੁਰੂ ਹੁੰਦਾ ਹੈ। ਔਰ ਇਸ ਗੁਰੂ ਘਰ ਦੀ ਸੇਵਾ ਜਿਹੜੀ ਸੀ ਸਭ ਤੋਂ ਜ਼ਿਆਦਾ ਭਾਈ ਦਿਆਲ ਸਿੰਘ ਜੀ ਨੇ ਕਰਵਾਈ ਸੀ, ਜਿਹਨਾਂ ਦੀ ਸਰਵਿਸਿਸ ਕਾਫੀ ਪੰਜਾਬੀ ਟ੍ਰਿਬਿਊਨ, ਦਿਆਲ ਸਿੰਘ ਕਾਲਜ ਲਾਹੌਰ, ਦਿਆਲ ਸਿੰਘ ਲਾਇਬ੍ਰੇਰੀ, ਦਿਆਲ ਸਿੰਘ ਮੈਨਸ਼ਨ ਲਾਹੌਰ, ਇਹਨਾਂ ਦੀ ਬਹੁਤ ਵੱਡੀ ਸਰਵਿਸਿਸ ਨੇ ਪੰਜਾਬੀ ਕੌਮ ਵਾਸਤੇ। ਇਹ ਵੀ ਗੁਰੂ ਘਰ ਦੇ ਅੰਦਰ ਦੇ ਵਿਊਜ਼ ਨੇ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਬਿਲਟ ਬਾਏ ਬਾਬਾ ਖੇਮ ਸਿੰਘ ਬੇਦੀ। ਬਾਬਾ ਖੇਮ ਸਿੰਘ ਬੇਦੀ ਜੀ ਨੇ ਆਪਣੀ ਬੇਟੀ ਦੀ ਸ਼ਾਦੀ ਤੋਂ ਪਹਿਲੇ ਇਹ ਗੁਰੂ ਘਰ ਬਣਾਇਆ ਸੀ, ਲੇਕਿਨ ਤਾਰੀਖ ਦੇ ਵਿੱਚ ਕਿਸੇ ਕਿਤਾਬ ਦੇ ਵਿੱਚ ਕਿਸੇ ਪੰਨੇ ਦੇ ਉੱਤੇ ਤੁਹਾਨੂੰ ਇਸ ਗੁਰੂ ਘਰ ਦੇ ਅੰਦਰ ਕੋਈ ਇਨਫੋਰਮੇਸ਼ਨ ਨਹੀਂ ਮਿਲਦੀ। ਇਸ ਵਾਸਤੇ ਕਿ ਬਾਹਰੋਂ ਤੱਕ ਦੇਖਣ ਦੇ ਵਿੱਚ ਦੁਕਾਨਾਂ ਨੇ, ਅੰਦਰੋਂ ਦੇਖੋ ਤੇ ਰਾਇਸ਼ ਹੈ, ਲੇਕਿਨ ਅਗਰ ਪੰਜਾਬੀ ਸਰਾਏ ਜਿਹੜੀ ਬਾਬਾ ਜੀ ਨੇ ਬਣਵਾਈ ਸੀ ਉਹਦੀ ਛੱਤ ਉੱਤੇ ਚੜ੍ਹ ਕੇ ਦੇਖੋ ਤੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਜਿਹੜੇ ਨੇ ਵਾਜ਼ੇ ਤੌਰ ਤੇ ਨਜ਼ਰ ਆਉਂਦੇ ਨੇ। ਅੱਜ ਕੱਲ੍ਹ ਇੱਥੇ ਕੁਛ ਕਸ਼ਮੀਰੀ ਫੈਮਿਲੀਜ਼ ਨੇ ਜਿਹੜੀਆਂ ਕਿ ਅੰਦਰੋਂ ਵਿਜ਼ਿਟ ਨਹੀਂ ਕਰਨ ਦਿੰਦੀਆਂ, ਵਰਨਾ ਮੈਂ ਸੰਗਤਾਂ ਨੂੰ ਇਹਨਾਂ ਦੇ ਮੁਤਲਕ ਹੋਰ ਵੀ ਡਿਟੇਲ ਦਿੰਦਾ। ਖਾਲਸਾ ਹਾਈ ਸਕੂਲ ਜਿੱਥੇ ਬਾਕੀ ਗੁਰੂ ਘਰ ਬਣਾਏ ਗਏ, ਜਿੱਥੇ ਖੂਹ ਲਵਾਏ ਗਏ, ਪਾਣੀ ਦੇ ਤਲਾਬ ਦੀਆਂ ਸੇਵਾ ਕਰਵਾਈਆਂ ਗਈਆਂ, ਉਸ ਜਗ੍ਹਾ ਦੇ ਉੱਤੇ ਖਾਲਸਾ ਜੀ ਤਾਲੀਮ ਦੇ ਮੈਦਾਨ ਦੇ ਵਿੱਚ ਵੀ ਪਿੱਛੇ ਨਹੀਂ ਰਹੇ। ਇਹ ਰਾਵਲਪਿੰਡੀ ਦੇ ਅੰਦਰ ਖਾਲਸਾ ਹਾਈ ਸਕੂਲ ਨੰਬਰ 1 ਅੱਧੇ ਮੁਰੱਬੇ ਤੇ ਫੈਲਿਆ ਹੋਇਆ ਕ੍ਰਿਕਟ ਗਰਾਊਂਡ, ਫੁੱਟਬਾਲ ਗਰਾਊਂਡ ਔਰ ਬਹੁਤ ਵੱਡੀਆਂ ਵੱਡੀਆਂ ਦੀਆਂ ਕਲਾਸਾਂ ਜਮਾਤਾਂ ਨੇ। ਹਰ ਕਲਾਸ ਦੇ ਬਾਅਦ ਜਿਹਨੇ ਜਿਹਨੇ ਸੇਵਾ ਕਰਵਾਈ ਹੈ ਉਹ ਅੱਜ ਤੱਕ ਇਹਦਾ ਨੀਂਹ ਪੱਥਰ ਉੱਥੇ ਹੀ ਰੱਖਾ ਹੋਇਆ। ਖਾਲਸਾ ਹਾਈ ਸਕੂਲ ਸੁੱਖੋ ਰਾਵਲਪਿੰਡੀ ਡਿਸਟ੍ਰਿਕਟ ਦਾ ਇੱਕ ਛੋਟਾ ਸ਼ਹਿਰ ਹੈ ਜਿਹਨੂੰ ਕਿ ਸਿੱਖੋ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਖਾਲਸਾ ਜੀ ਦੇ ਨਾਮ ਤੋਂ ਸਿੱਖੋ ਤੋਂ ਸੁੱਖੋ ਹੋ ਗਿਆ ਤੇ ਅੱਜ ਵੀ ਇਸ ਸ਼ਹਿਰ ਦੇ ਵਿੱਚ ਖਾਲਸਾ ਜੀ ਦੇ ਬਹੁਤ ਵੱਡੇ ਵੱਡੇ ਘਰ ਹਵੇਲੀਆਂ ਅੱਜ ਵੀ ਮੌਜੂਦ ਹਨ। ਸਮਾਧੀ ਬਾਬਾ ਮੋਹਨਦਾਸ ਜੀ, ਦਾਸਪੰਥੀ ਦੇ ਇੱਕ ਬਾਬਾ ਜੀ ਗੁਜ਼ਰੇ ਨੇ ਮੋਹਨਦਾਸ, ਉਹਨਾਂ ਦੀ ਇਹ ਸਮਾਧ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ 10 ਸਾਲ ਜਿਹੜੇ ਪਹਿਲੇ ਸਨ ਖਾਲਸਾ ਰਾਜ ਦੇ ਉਹਨਾਂ ਦੇ ਵਿੱਚ ਇਹਦੀ ਸੇਵਾ ਕਰਵਾਈ ਸੀ। ਔਰ ਇਸ ਜਗ੍ਹਾ ਦੇ ਉੱਤੇ ਬਕਾਇਦਾ 47 ਤੋਂ ਪਹਿਲੇ ਵਿਸਾਖੀ ਦਾ ਮੇਲਾ ਲੱਗਦਾ ਹੁੰਦਾ ਸੀ ਔਰ ਸੰਗਤਾਂ ਜਿਹੜੀਆਂ ਸੀ ਹੁੰਮ ਘੁਮਾ ਕੇ ਆਉਂਦੀਆਂ ਸਨ। ਅੱਜ ਇਹ ਸਥਾਨ ਬਿਲਕੁਲ ਵਿਰਾਨ ਹੋਇਆ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਲੈਫਟ ਸਾਈਡ ਦੇ ਉੱਤੇ ਤਕਰੀਬਨ 100 ਈਅਰਸ ਅਗੋ 100 ਸਾਲ ਪਹਿਲੇ ਦੀ ਫੋਟੋ, ਰਾਈਟ ਸਾਈਡ ਦੇ ਉੱਤੇ ਮੈਂ ਕਹਾਂਗਾ ਕਿ ਪਹਿਲੇ ਵੀ ਰੌਣਕਾਂ ਆਉਂਦੀਆਂ ਸਨ ਤੇ ਅੱਜ ਵੀ ਰੌਣਕਾਂ ਆਉਂਦੀਆਂ ਹਨ। ਇਹ ਨਾਈਟ ਵਿਊ ਨੇ ਜੀ। ਛੋਟਾ ਗੁਰਦੁਆਰਾ ਸਾਹਿਬ ਪਿੰਡ ਉਸਮਾਨ ਖੱਟਰ ਜਿੱਥੇ ਉਹ ਟ੍ਰੇਨ ਵਾਲਾ ਵਾਕਿਆ ਹੁੰਦਾ ਹੈ ਹਸਨ ਅਬਦਾਲ ਤੋਂ ਪਹਿਲੇ ਥੋੜ੍ਹਾ ਜਿੰਨਾ, ਇਹ ਉਹੀ ਰੇਲਵੇ ਸਟੇਸ਼ਨ ਦੇ ਨਾਲ ਜੁੜਿਆ ਹੋਇਆ ਉਸਮਾਨ ਖੱਟਰ ਪਿੰਡ ਹੈ। ਇੱਥੇ ਹੀ ਉਹ ਵਾਕਿਆ ਟ੍ਰੇਨ ਵਾਲਾ ਹੋਇਆ ਸੀ ਔਰ ਇੱਥੇ ਖਾਲਸਾ ਜੀ ਦਾ ਇਹ ਛੋਟਾ ਗੁਰੂ ਘਰ ਹੈ ਜਿਹਦੇ ਨਾਮੇ ਤਕਰੀਬਨ 10 ਤੋਂ 20 ਏਕੜ ਜ਼ਮੀਨ ਜਿਹੜੀ ਹੈ ਅੱਜ ਵੀ ਉਹ ਖਾਲੀ ਪਈ ਹੋਈ ਹੈ। ਦੱਸਿਆ ਜਾਂਦਾ ਕਿ ਜਿਹੜੇ ਭਾਈ ਹੋਈ ਇਸ ਗੁਰੂ ਘਰ ਦੀ ਸੇਵਾ ਕਰਦੇ ਸਨ ਉਹ 47 ਵਿੱਚ ਈਸਟ ਪੰਜਾਬ ਨਹੀਂ ਗਏ ਤੇ ਨਾ ਹੀ ਉਹਨਾਂ ਨੇ ਸ਼ਾਦੀ ਕੀਤੀ। 47 ਤੋਂ ਬਾਅਦ ਜਿਹੜੇ ਲੋਕਾਂ ਨੇ ਪਰਿਵਾਰਾਂ ਨੇ ਉਹਨਾਂ ਨੂੰ ਸੰਭਾਲ ਕੀਤੀ ਸੀ ਜ਼ਮੀਨ ਔਰ ਗੁਰੂ ਘਰ ਉਹਨਾਂ ਦੇ ਕੋਲ ਹੀ ਗਏ। ਖਾਲਸਾ ਜੀ ਦੀਆਂ ਦੁਕਾਨਾਂ ਜਿਹੜੀਆਂ ਕਿ ਸਮਾਨ ਖੱਟਰ ਦੇ ਵਿੱਚ ਉਸੇ ਤਰ੍ਹਾਂ ਮੌਜੂਦ ਨੇ ਅੱਜ ਵੀ। ਇਹ ਪੁਰਾਣੇ ਘਰ ਦੇ ਖੰਡਰ ਨੇ ਉਸਮਾਨ ਖੱਟਰ ਦੇ। ਫੋਰਟ ਆਫ ਜਨਰਲ ਹਰੀ ਸਿੰਘ ਨਲਵਾ ਹਰਕਿਸ਼ਨਗੜ੍ਹ, ਜਿਹਨੂੰ ਕਿ ਬਾਅਦ ਵਿੱਚ ਜਨਰਲ ਹਰੀ ਸਿੰਘ ਨਲਵਾ ਜੀ ਦੀ ਸਰਵਿਸਿਸ ਤੋਂ ਬਾਅਦ ਇਹਨੂੰ ਸ਼ਹਿਰ ਨੂੰ ਜਿਹੜਾ ਸੀ ਹਰੀਪੁਰ ਦਾ ਨਾਮ ਦੇ ਦਿੱਤਾ ਗਿਆ ਜਿਹਦਾ ਨਾਮ ਅੱਜ ਵੀ ਹਜ਼ਾਰਾ ਡਿਵੀਜ਼ਨ ਦੇ ਵਿੱਚ ਹਰੀਪੁਰ ਹੀ ਹੈ। ਇਹਦੇ ਵਿੱਚ ਲੈਫਟ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਐਡਮਿਨਿਸਟ੍ਰੇਸ਼ਨ ਆਫਿਸ ਸੀ ਜਨਰਲ ਹਰੀ ਸਿੰਘ ਨਲਵਾ ਜੀ ਦਾ। ਗੁਰਦੁਆਰਾ ਗੁਰੂ ਸਤਸੰਗ ਸਭਾ ਹਰੀਪੁਰ ਮੇਨ ਬਾਜ਼ਾਰ ਦੇ ਵਿੱਚ ਅੱਜ ਕੱਲ੍ਹ ਗੌਰਮੈਂਟ ਪ੍ਰਾਇਮਰੀ ਸਕੂਲ ਬੱਚਿਆਂ ਦਾ ਜਿਹੜਾ ਉਸਦੇ ਨਾਮ ਤੋਂ ਜਾਣਿਆ ਜਾਂਦਾ ਇਸ ਗੁਰੂ ਘਰ ਨੂੰ ਗੁਰਦੁਆਰੇ ਵਾਲਾ ਸਕੂਲ ਵੀ ਕਹਿੰਦੇ ਨੇ। ਮੇਨ ਦੀਵਾਨ ਹਾਲ ਤੇ ਵੱਧ ਹੈ ਲੋਕ ਕੀਤਾ ਗਿਆ, ਲੇਕਿਨ ਅਗਰ ਲੈਫਟ ਰਾਈਟ ਦੇ ਉੱਤੇ ਤੁਸੀਂ ਦੇਖੋ ਜਿਹੜੇ ਬਰਾਮਦੇ ਨੇ ਕਮਰੇ ਨੇ ਉਹ ਸਕੂਲ ਦੇ ਤੌਰ ਤੇ ਯੂਜ਼ ਹੋ ਰਹੇ ਨੇ। ਐਟਲੀਸਟ ਗੁਰੂ ਘਰ ਦਾ ਯੂਜ਼ ਜਿਹੜਾ ਇਹ ਕਿਸੇ ਅੱਛੇ ਕੰਮ ਵਾਸਤੇ ਕੀਤਾ ਜਾ ਰਿਹਾ। ਮੈਂ ਕਹਾਂਗਾ ਕਿ ਸੰਗਤਾਂ ਦਾ ਰੂਹ ਦੇ ਨਾਲ ਅਗਰ ਦੇਖਿਆ ਜਾਏ ਕਿ ਗੁਰੂ ਘਰ ਦੀ ਜਿਹੜੀ ਸੇਵਾ ਇੱਕ ਵਾਰੀ ਬੰਦਾ ਆ ਕੇ ਮਾਨਸੇਰਾ ਸ਼ਹਿਰ ਦੇ ਵਿੱਚ ਕਸ਼ਮੀਰੀ ਬਾਜ਼ਾਰ ਦੇ ਅੰਦਰ ਅਗਰ ਤੁਸੀਂ ਇਹ ਗੁਰੂ ਘਰ ਨਹੀਂ ਦੇਖੋਗੇ ਤਾਂ ਮੈਂ ਕਹਾਂਗਾ ਬਹੁਤ ਵੱਡੀ ਜ਼ਿਆਦਤੀ ਹੈ। ਇਹ 3 ਮੰਜ਼ਿਲਾ ਗੁਰੂ ਘਰ ਦੇਖਣ ਨਾਲ ਤਲਕ ਰੱਖਦਾ ਹੈ, ਬਾਹਰ ਤੋਂ ਲੈ ਕੇ ਅੰਦਰ ਤੱਕ ਦਾ ਆਰਟ ਜਿਹੜਾ
ਮੂੰਹੋਂ ਬੋਲਦਾ ਕਿ ਉਸ ਵੇਲੇ ਲੋਕ ਗੁਰੂ ਘਰਾਂ ਨਾਲ ਕਿੰਨਾ ਪਿਆਰ ਕਰਦੇ ਸਨ, ਆਪਣੇ ਘਰ ਕੱਚੇ ਸਨ ਔਰ ਗੁਰੂ ਘਰ ਦੀ ਸੇਵਾ ਦੇ ਸ਼ੁਰੂ ਕਰ ਸਕਦੇ ਸਨ। ਇਹ ਇੰਟੀਰੀਅਰ ਵਿਊ ਨਾ ਜੀ ਗੁਰੂ ਘਰ ਦੇ। ਇੱਥੇ ਹੁਣ ਅੱਜ ਕੱਲ੍ਹ ਜਿਹੜੀ ਮਿਊਨਸੀਪਲ ਪਬਲਿਕ ਲਾਇਬ੍ਰੇਰੀ ਜਿਹੜੀ ਹੈ ਉਹ ਚੱਲ ਰਹੀ ਹੈ। ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਚਿੱਟੀ ਗੱਡੀ, ਚਿੱਟੀ ਗੱਡੀ ਤੋਂ ਮੁਰਾਦ ਹੈ ਚਿੱਟਾ ਵੱਟਾ, ਚਿੱਟਾ ਪੱਥਰ ਯਾਨੀ ਕਿ ਵਾਈਟ ਸ਼ਿਵਲਿੰਗ ਤੋਂ ਹੈ। 2005 ਵਿੱਚ ਆਉਣ ਵਾਲੇ ਭੂਚਾਲ ਦੇ ਵਿੱਚ ਇਹ ਗੁਰੂ ਘਰ ਔਰ ਮੰਦਰ ਖਤਮ ਹੋ ਗਿਆ ਸੀ, ਲੇਕਿਨ ਜਦੋਂ ਬਣਿਆ ਤਾਂ ਉਸ ਵੇਲੇ ਸਿਰਫ ਮੰਦਰ ਹੀ ਬਣਿਆ, ਗੁਰੂ ਘਰ ਦੁਬਾਰਾ ਨਹੀਂ ਬਣਾਇਆ ਗਿਆ। ਲੇਕਿਨ ਤਾਰੀਖ ਦੇ ਬੰਨਿਆਂ 'ਚ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਜਿਹੜਾ ਇੱਥੇ ਬੋਲਿਆ ਜਾਂਦਾ। ਗੁਰਦੁਆਰਾ ਸ੍ਰੀ ਬਾਰਾਦਰੀ ਰਾਵਲ ਪਿੰਡੀ ਤੋਂ ਅਗਰ ਤੁਸੀਂ ਜਾਂਦੇ ਹੋ ਮਈ ਵਾਲੇ ਪਾਸੇ ਅਤੇ ਦਰਮਿਆਨ ਦੇ ਵਿੱਚ ਇੱਕ ਸ਼ਹਿਰ ਆਉਂਦਾ ਛੋਟਾ ਜਿਹਾ, ਪੂਰੀ ਸ਼ਹਿਰ ਕਿਹਾ ਜਾਂਦਾ, ਜਿੱਥੇ ਦੀ 90% ਆਬਾਦੀ ਜਿਹੜੀ ਸੀ ਉਸ ਵੇਲੇ ਉਹ ਖਾਲਸਾ ਜੀ ਸੀ। ਮੈਂ ਕਹਾਂਗਾ ਕਿ ਇਸ ਗੁਰੂ ਘਰ ਦੇ ਨਾਮ 'ਤੇ ਵੀ 10 acres ਜ਼ਮੀਨ, ਇੱਕ ਖੂਹ, ਉਹ ਨਾਲ ਹੀ ਪਾਣੀ ਦੀ ਇੱਕ ਨਦੀ ਵਗਦੀ ਹੈ ਜਿੱਥੇ ਕਿ ਲੋਕ ਆ ਕੇ ਵਿਸਾਖੀ ਮਨਾਉਂਦੇ ਸਨ। ਸਾਰਾ ਕੁਛ ਮੌਜੂਦ ਹੈ, ਕਮੀ ਹੈ ਅਤੇ ਇੱਥੇ ਸੰਗਤ ਨਹੀਂ ਹੈ, ਇਸ ਕਰਕੇ ਗੁਰੂ ਘਰ ਦੀ ਇਹ ਹਾਲਤ ਹੈ। ਬਾਬਾ ਕੇਮ ਸਿੰਘ ਬੇਦੀ ਜੀ, ਬਾਬਾ ਕੇਮ ਸਿੰਘ ਬੇਦੀ 16ਵੇਂ ਵੰਸ਼ ਤੋਂ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਲ ਜਾ ਮਿਲਦੇ ਨੇ, ਇਹਨਾਂ ਦੇ ਫੈਮਿਲੀ ਤੋਂ ਨੇ। ਔਰ ਇਹਨਾਂ ਦਾ ਜਨਮ ਹੁੰਦਾ ਮੌਂਟਗੋਮਰੀ, ਜਿਹਨੂੰ ਕਿ ਅੱਜ ਕੱਲ੍ਹ ਸਾਹਿਬਾਲ ਕਿਹਾ ਜਾਂਦਾ ਹੈ। ਔਰ ਇਹ ਜਿਹੜੇ ਵਿਊ ਨਜ਼ਰ ਆ ਰਹੇ ਨੇ ਤੁਹਾਨੂੰ, ਦਰਵਾਜ਼ਾ ਖੁੱਲ੍ਹਾ ਨਜ਼ਰ ਆ ਰਿਹਾ, ਇਹ ਇਹਨਾਂ ਦੀ ਕੋਰਟ ਦੇ ਘਰ ਦੇ ਵਿੱਚ ਵੜਨ ਤੋਂ ਪਹਿਲੇ ਅਦਾਲਤ ਸੀ ਲੋਕਾਂ ਵਾਸਤੇ, ਆਮ ਲੋਕਾਂ ਵਾਸਤੇ ਇੱਥੇ ਅਦਾਲਤ ਲਾਈ ਜਾਂਦੀ ਸੀ। ਰਾਈਟ ਸਾਈਡ 'ਤੇ ਇਹਨਾਂ ਦੀ ਬੇਟੀ ਦੀ ਤਸਵੀਰ ਹੈ ਔਰ ਕਮਾਲ ਦੀ ਤਸਵੀਰ ਹੈ ਜੀ। ਇਸ ਤਸਵੀਰ ਦੇ ਜਿਸ ਜਿਸ ਹਿੱਸੇ ਨੂੰ ਤੁਸੀਂ ਹੱਥ ਲਾਓਗੇ, ਤਵੀਤੜੀਆਂ ਨੂੰ, ਚੂੜੀਆਂ ਨੂੰ, 3D ਡਾਇਮੈਂਸ਼ਨ ਦੀ ਗੱਲ ਕਰ ਰਿਹਾ ਵਾਂ, ਜਿਹੜਾ ਕਿ ਅੱਜ ਆ ਕੇ ਮਾਡਰਨ ਡੇਜ਼ ਵਿੱਚ 3D ਦੀ ਗੱਲ ਹੁੰਦੀ ਹੈ। ਖਾਲਸਾ ਜੀ ਤੁਹਾਡਾ ਆਰਟ ਵਾਲ ਫੈਸਟੋ ਕਲਚਰ ਇੰਨਾ ਕੁ ਪਿਆਰਾ ਸੀ ਉਸ ਵੇਲੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਪੇਂਟਿੰਗ 'ਤੇ ਜਾ ਕੇ ਬੰਦਾ ਹੱਥ ਮਾਰ ਕੇ ਦੇਖੇ, ਤੁਹਾਨੂੰ ਪਤਾ ਲੱਗੇਗਾ ਕਿ ਵਾਕਈ ਕੁਛ ਹੈ। ਇਹ ਖਾਲਸਾ ਫੌਜ ਉਸ ਵੇਲੇ ਜੋ ਉਹਨਾਂ ਦਾ ਪਹਿਨਾਵਾ ਸੀ ਸਿੰਘਾਂ ਦਾ, ਉਹ ਦਿਖਾਇਆ ਗਿਆ ਔਰ ਇਹ ਲੀਗਲੀ ਉਹ ਸਕੈਚ ਬਣਾਇਆ ਗਿਆ। ਰਾਈਟ ਸਾਈਡ 'ਤੇ ਅਗਰ ਤੁਸੀਂ ਦੇਖੋ ਤਾਂ ਸ਼ੇਰ ਦਾ ਬਿੱਲਾ, ਖਾਲਸਾ ਜੀ ਦਾ ਨਿਸ਼ਾਨ ਜਿਹੜਾ ਸੀ ਉਹ ਸ਼ੇਰ ਸੀ। ਔਰ ਉੱਥੇ ਪਾਕਿਸਤਾਨ ਦੇ ਅੰਦਰ ਕਾਫੀ ਬਾਗਾਂ ਦੇ ਨਾਮ ਅੱਜ ਵੀ ਜਿਹੜੇ ਕਿ ਸ਼ੇਰਾਨਾ ਬਾਗ ਬੋਲਿਆ ਜਾਂਦਾ, ਜਿਹੜੇ ਕਿ ਖਾਲਸਾ ਜੀ ਦੇ ਬਣਾਏ ਹੋਏ ਹਨ। ਇਹ ਉਸ ਵੇਲੇ ਮੇਰੀਆਂ ਕੋਰ ਭੈਣਾਂ ਜਿਹੜਾ ਡਰੈਸ ਪਾਉਂਦੀਆਂ ਸਨ ਉਹ ਦਿਖਾਇਆ ਗਿਆ ਜੀ। 101 ਵਾਲ ਪੇਂਟਿੰਗ ਆਪਣੀ ਓਰਿਜਨਲ ਹਾਲਤ ਦੇ ਵਿੱਚ ਹਵੇਲੀ ਦੇ ਅੰਦਰ ਜਗ੍ਹਾ ਜਗ੍ਹਾ ਤੇ ਪਈ। ਇਹ ਹੈ ਜੀ ਪਿੰਡ ਵਿਸਾਲੀ। ਪਿੰਡ ਵਿਸਾਲੀ ਡਿਸਟ੍ਰਿਕਟ ਰਾਵਲ ਪਿੰਡੀ ਦਾ ਕਾਫੀ ਵੱਡਾ ਇੱਕ ਗਰਾਊਂਡ ਸੀ, ਜਿਹਦੇ ਆਸੇ ਪਾਸੇ ਘੱਟੋ ਘੱਟ ਖਾਲਸਾ ਜੀ ਦੇ 5 ਪਿੰਡ ਸਨ, ਸੁੱਖੋ ਸਾਂਤ ਬੰਗਾਲੀ ਸਨ, ਦੇਵੀ ਦਾਤਾ ਬੰਦਾ ਤੇ ਵਿਸਾਲੀ। ਵਿਸਾਲੀ ਦੇ ਲੋਕਾਂ ਦੀ ਮੈਂ ਕੀ ਮਿਸਾਲ ਦੇਵਾਂ ਕਿ ਇਹਨਾਂ ਦੀਆਂ ਸਰਵਿਸਿਜ ਉੱਥੋਂ ਹਰ ਰੀਜਨ ਦੇ ਅੰਦਰ ਅਗਰ ਤੁਸੀਂ ਨਾ ਦੇਖੋ ਤਾਂ ਬੜੀ ਵੱਡੀ ਜ਼ਿਆਦਤੀ ਹੋਏਗੀ। ਔਰ ਤੁਸੀਂ ਵਿਸਾਲੀ ਦੇ ਬਾਰੇ ਤੁਸੀਂ ਸਿਰਫ ਫੇਸਬੁੱਕ ਦੇ ਉੱਤੇ ਪਾਓ ਤਾਂ ਤੁਹਾਨੂੰ ਵਿਸਾਲੀ ਦੀਆਂ ਬੜੀਆਂ ਤਸਵੀਰਾਂ ਲੱਗਣਗੀਆਂ। ਇਹ ਪਾਣੀ ਦੀ ਜਿਹੜੀ ਬੰਨ ਹੈ ਇਹ ਖਾਲਸਾ ਜੀ ਨੇ ਆਮ ਲੋਕਾਂ ਵਾਸਤੇ ਬਣਾਈ ਸੀ ਤਾਂ ਕਿ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਲੋਕ ਇੱਥੇ ਕੱਪੜੇ ਧੋਣ। ਲਾਲ ਨਾਲ ਹੀ ਇਹ ਸਕੂਲ ਹੈ ਜਿਹੜਾ ਮੈਂ ਦੱਸਿਆ, ਇਸ ਸਕੂਲ ਦੇ ਨਾਲ ਹੀ ਅੱਗੇ ਬੰਨ ਬਣੀ ਹੋਈ ਹੈ। ਇਹਦੇ ਅੰਦਰ ਬਕਾਇਦਾ ਪਾਉਣੇ ਦਾ ਇੰਤਜ਼ਾਮ ਹੈ ਫੀਮੇਲ ਬਾਥ ਵਾਸਤੇ ਪਰਦੇ ਦਾ। ਔਰ 1922 ਦੀ ਸੇਵਾ ਵੀ ਇਹਦੇ ਉੱਤੇ ਲਿਖੀ ਹੋਈ ਹੈ ਕਿ ਕਿਹਨਾਂ ਨੇ ਸੇਵਾ ਕੀਤੀ। ਔਰ ਨਾਲ ਨਾਲ ਬੋਰਡ ਵੀ ਲੱਗੇ ਨੇ ਕਿ ਅਗਰ ਸੰਗਤ ਜਦੋਂ ਥੱਕੀ ਟੁੱਟੀ ਆਉਂਦੀ ਹੈ ਧੁੱਪ ਦੇ ਸਵੇਲੇ ਬੈਠੇ ਫਿਰ ਇਸ਼ਨਾਨ ਕਰੇ ਇਸ ਜਗ੍ਹਾ। ਇਹ ਉਹੀ ਪਿੰਡ ਵਿਸਾਲੀ ਦੇ ਅੰਦਰ ਉਹੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਖੂਹ ਜਿਹੜੇ ਸਨ ਬਣਾਏ ਗਏ ਸਨ ਅਤੇ ਲੋਕਾਂ ਨੂੰ ਪਾਣੀ ਦੀ ਬੜੀ ਦਿੱਕਤ ਉਸ ਜਗ੍ਹਾ ਦੇ ਨੌਰਥ ਵੈਸਟ ਪੰਜਾਬ ਦੇ ਵਿੱਚ। ਅਤੇ ਖਾਲਸਾ ਜੀ ਦਾ ਜਿਹੜਾ ਖੂਹ ਹੈ ਓਵਰ ਹੈ ਫੈਮਿਲੀ ਦਾ, ਅਗਰ ਤੁਸੀਂ ਦੇਖੋ ਤਾਂ ਖੂਹ ਅੱਜ ਵੀ ਆਬਾਦ ਦੇ ਲੋਕ ਇੱਥੋਂ ਪਾਣੀ ਕੱਢਦੇ ਨੇ। ਇਹ ਜੀ ਪਿੰਡ ਬੰਦਾ ਦਾ ਹਾਈ ਸਕੂਲ ਹੈ ਜਿਹੜਾ ਕਿ ਪ੍ਰਾਇਮਰੀ ਸੀ, ਹੁਣ ਥੋੜ੍ਹੀ ਤਰੱਕੀ ਕਰਕੇ ਜਿਹੜਾ ਇਹਨੂੰ ਮਤਲਬ ਕਿ ਹਾਈ ਸਕੂਲ ਕਰਾਰ ਦਿੱਤਾ ਗਿਆ। ਪਿੰਡ ਬੰਦਾ ਵਿਸਾਲੀ ਕਿਸਾਨਾਂ ਜ਼ਿਕਰ ਕੀਤਾ। ਗੁਰਦੁਆਰਾ ਗੁਰੂ ਸਿੰਘ ਸਭਾ ਮੰਡੀ ਬਹਾਵਲ ਦੀ ਪਹਾੜੀ ਇਲਾਕਾ ਛੱਡ ਕੇ ਹੁਣ ਮੈਂ ਮੈਦਾਨ ਵਾਲੇ ਪਾਸੇ ਟੁਰ ਗਿਆ ਅਤੇ ਇਹ ਬੜਾ ਪਿਆਰਾ ਗੁਰੂ ਘਰ, ਕਾਫੀ ਵੱਡਾ ਗੁਰੂ ਘਰ ਹੈ। ਇੱਥੇ ਕਸ਼ਮੀਰੀ ਵਸਨੀਕ ਜਿਹੜੇ ਨੇ, ਰੈਫਿਊਜੀ ਜਿਹੜੇ ਨੇ ਉਹ ਰਹਿ ਰਹੇ ਨੇ। ਇਹ ਇੰਟੀਰੀਅਰ ਵਿਹੜੇ ਦਾ ਵਿਊ ਹੈ ਜੀ, ਸੇਮ ਦੇ ਵਿੱਚੋਂ ਅਗਰ ਤੁਸੀਂ ਦੇਖੋ ਤਾਂ ਗੁਰੂ ਘਰ ਇਸ ਨਾਲ ਨਜ਼ਰ ਆਉਂਦਾ। ਘਰ ਵਾਲੇ ਚੰਗੇ ਨੇ ਜੀ, ਅਗਰ ਕੋਈ ਬੰਦਾ ਜਾਂਦਾ ਤੇ ਘਰ ਪੂਰਾ ਗੁਰੂ ਘਰ ਖੋਲ੍ਹ ਕੇ ਵਿਖਾ ਦਿੰਦੇ ਨੇ ਔਰ ਹਰ ਚੀਜ਼ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਓਰਿਜਨਲ ਹਾਲਤ ਦੇ ਵਿੱਚ।
ਗੁਰਦੁਆਰਾ ਸਿੰਘ ਜੈ ਸੁਖ ਵੀ ਜੈ ਸਿੰਘ ਵੀ ਕਿਹਾ ਜਾਂਦਾ, ਜੈ ਸੁਖ ਵੀ ਕਿਹਾ ਜਾਂਦਾ। ਇਹ ਮੋਸਟ ਮੈਂ ਕਹਾਂਗਾ ਕਿ 12 ਮੋਸਟ ਇੰਪੋਰਟੈਂਟ ਗੁਰਦੁਆਰਾ ਜਿਹੜਾ ਪਾਕਿਸਤਾਨ ਦੇ ਅੰਦਰ ਹੈ, ਇਹ ਉਹ ਹੈ। ਇਹਦੇ ਅੰਦਰ ਬੜੀਆਂ ਹੀ ਕਾਬਲੇ ਦੀ ਚੀਜ਼ਾਂ ਨੇ ਜਿਹੜੀਆਂ ਕਿ ਆਮ ਸ਼ਾਇਦ ਗੁਰੂ ਘਰਾਂ ਦੇ ਵਿੱਚ ਮੌਜੂਦ ਨਹੀਂ ਹੈ। ਦੱਸਿਆ ਜਾਂਦਾ ਕਿ ਇਸ ਗੁਰੂ ਘਰ ਦੀ ਸੇਵਾ ਦੇ ਵਿੱਚ ਦੇਸੀ ਘਿਓ ਇਸਤੇਮਾਲ ਹੋਇਆ, ਸ਼ੁੱਧ ਦੇਸੀ ਘਿਓ ਜਿਹੜਾ ਵਰਤਿਆ ਗਿਆ। ਮੈਨੂੰ ਸੀ ਮੰਨਦਾ ਕੋੜੀਆਂ ਦੇ ਨਾਲ ਜਦੋਂ ਲੱਗੀ ਹੋਈ ਗੱਡੀ ਨੂੰ, ਉੱਥੇ ਬਜ਼ੁਰਗ ਸੀ ਕਾਫੀ ਪੁਰਾਣਾ, ਉਹਨਾਂ ਨੇ ਕਿਹਾ ਰਗੜੋ ਜ਼ਰਾ, ਰਗੜ ਕੇ ਫਿਰ ਉਸ ਤੋਂ ਬਾਅਦ ਜ਼ਰਾ ਨਸੂਗੋ। ਜਦੋਂ ਮੈਂ ਸੁੱਘਿਆ ਤਾਂ ਵਾਕਈ ਜੀ ਉਹਦੇ ਵਿੱਚ ਦੇਸੀ ਘਿਓ ਦੀ ਖੁਸ਼ਬੂ ਸੀ। ਫਿਰ ਦੂਸਰੀ ਜਿੱਥੇ ਗੁਰੂ ਮਹਾਰਾਜ ਨੂੰ ਰੱਖਿਆ ਜਾਂਦਾ ਉਸ ਜਗ੍ਹਾ ਦੇ ਉੱਤੇ ਵੀ ਰਗੜ ਕੇ ਉਹਨਾਂ ਨੇ ਕਿਹਾ ਇੱਥੋਂ ਵੀ ਸੁੱਘੋ, ਤੇ ਹੱਥ ਵੀ ਥਿੰਦੇ ਹੁੰਦੇ ਨੇ, ਔਰ ਦੇਖੋ ਸੀਮੈਂਟ ਵੀ ਸੀ, ਚਿਪਸ ਵੀ ਸੀ, ਔਰ ਵਿੱਚ ਦੇਸੀ ਘਿਓ ਦੀ ਖੁਸ਼ਬੂ ਮੈਨੂੰ ਕੋਈ ਗੱਲ ਸਮਝ ਨਹੀਂ ਆਈ। ਲੇਕਿਨ ਇੱਕ ਦੁਨੀਆ ਦਾ ਡਿਫਰੈਂਟ ਆਰਕੀਟੈਕਚਰ ਹੈ। ਇਹ ਬਾਬਾ ਜੀ ਜਦੋਂ ਦੁਨੀਆਂ ਤੋਂ ਜਾਂਦੇ ਨੇ ਤੇ ਇਹਨਾਂ ਦੇ ਅੰਤਮ ਤੇ ਵੀ ਲੜਾਈ ਹੁੰਦੀ ਹੈ ਕਿ ਮੁਸਲਮਾਨ ਕਹਿੰਦੇ ਨੇ ਕਿ ਅਸੀਂ ਦਰਬਾਰ ਬਣਾਉਣਾ, ਸਿੱਖ ਵੀਰ ਕਹਿੰਦੇ ਨੇ ਜੀ ਅਸੀਂ ਸਮਾਧੀ ਬਣਾਉਣੀ ਹੈ। ਲਿਹਾਜ਼ਾ ਦੋਵੇਂ ਚੀਜ਼ਾਂ ਬਣਾ ਦਿੱਤੀਆਂ ਗਈਆਂ, ਕਿਉਂਕਿ ਬਾਬਾ ਜੀ ਆਪਣੀ ਚਾਦਰ ਚੋਂ ਗਾਇਬ ਹੋ ਗਏ, ਚਾਦਰ ਦੇ ਦੋ ਟੁਕੜੇ ਕੀਤੇ ਗਏ, ਪਹਿਲੇ ਦਰਬਾਰ ਬਣਿਆ ਹੋਇਆ ਔਰ ਪਿੱਛੇ ਸਮਾਧ ਬਣੀ ਹੋਈ। ਗੁਰਦੁਆਰਾ ਭਾਈ ਬੰਨੂ ਮਾਂਗਟ ਡਿਸਟ੍ਰਿਕਟ ਗੁਜਰਾਤ ਦੇ ਅੰਦਰ ਅਗਰ ਤੁਸੀਂ ਜਾਂਦੇ ਹੋ ਤੇ ਉੱਥੇ ਇਹ ਖੂਬਸੂਰਤ ਗੁਰਦੁਆਰਾ ਜਿਹੜਾ ਕਿ ਤੁਹਾਨੂੰ ਪਰਛਾਵਾਂ ਨਜ਼ਰ ਆਏਗਾ ਦਰਬਾਰ ਸਾਹਿਬ ਹਰਮਿੰਦਰ ਦਾ, ਇਸ ਗੁਰੂ ਘਰ ਦੇ ਵਿੱਚ ਖਾਰੀ ਗ੍ਰੰਥ ਜਿਹੜੀ ਸੀ ਉਹ ਰੱਖੀ ਗਈ ਸੀ। ਖਾਰੀ ਗ੍ਰੰਥ ਜਿਹੜੀ ਸੀ ਇਸ ਗੁਰੂ ਘਰ ਦੇ ਅੰਦਰ ਰੱਖੀ ਗਈ ਸੀ। ਜਦ ਭਾਈ ਬੰਨੂ ਜੀ ਨੂੰ ਆਰਡਰ ਹੋਇਆ ਕਿ ਤੁਸੀਂ ਲਾਹੌਰ ਜਾਓ ਔਰ ਲਾਹੌਰ ਜਾ ਕੇ ਵਿਜਿਟ ਬਣਵਾ ਕੇ ਲਿਆਓ, ਲੇਕਿਨ ਉਹ ਲੇਟ ਆਏ। ਲੇਟ ਕਿਉਂ ਆਏ ਸਨ? ਕਿ ਖਾਰੀ ਗ੍ਰੰਥ ਜਿਹੜੀ ਸੀ ਉਹ ਇੱਥੇ ਲਿਆ ਕੇ ਰੱਖੀ ਗਈ ਸੀ। ਅੱਜ ਕੱਲ੍ਹ ਕਾਨਪੁਰ ਦੇ ਵਿੱਚ ਜਿਹੜੀ ਹੈ ਉਹ ਖਾਰੀ ਗ੍ਰੰਥ ਲਿਆ ਹੋਈ ਹੈ। ਇਸੇ ਗੁਰੂ ਘਰ ਦੇ ਥੋੜੇ ਬਾਅਦ ਦੇ ਦਿਨ ਨੇ ਅਗਰ ਗੁਰੂ ਘਰ ਦੀ ਦੀਵਾਰਾਂ ਦੇਖੋ ਤਾਂ ਘੱਟੋ ਘੱਟ 6-6 ਫੁੱਟ ਮੋਟੀਆਂ ਨੇ, ਔਰ ਕਹਿੰਦੇ ਅੰਦਰ ਅਨਮੁੱਲੇ ਕਮਰੇ ਬਹੁਤ ਜ਼ਿਆਦਾ ਸਾਰੇ ਬਣੇ ਹੋਏ ਨੇ ਜਿਹੜੇ ਕਿ ਬਾਹਰੋਂ ਨਹੀਂ ਨਜ਼ਰ ਆਉਂਦੇ, ਦੀਵਾਰ ਦੇ ਨਾਲ ਨਾਲ ਸਾਰੇ ਗਏ ਨੇ। ਔਰ ਇਸ ਗੁਰੂ ਘਰ ਦਾ ਅਗਰ ਤੁਸੀਂ ਵਾਲ ਆਰਟ ਦੇਖੋ ਤੇ ਮੈਂ ਕਹਾਂਗਾ ਕਿਆ ਵਾਲ ਹੈ। ਇਹ ਉਹਦੀਆਂ ਛੱਤਾਂ, ਬਾਲਕਨੀਆਂ ਔਰ ਉਸ ਜਗ੍ਹਾ ਦੇ ਉੱਤੇ ਰੀਅਲ ਫਾਰਮ ਦੇ ਵਿੱਚ ਇਹਦੀ ਸੇਵਾ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦੌਰ ਦੇ ਵਿੱਚ ਕਰਵਾਈ ਸੀ। ਗੁਰਦੁਆਰਾ ਮਾਈਆਂ ਸਾਹਿਬ, ਇੱਥੇ ਸਿਰਫ ਮੇਰੀਆਂ ਬੀਬੀਆਂ ਭੈਣਾਂ ਇਸ ਗੁਰੂ ਘਰ 'ਚ ਜਾਂਦੀਆਂ ਸਨ, ਸਿਰਫ ਔਰਤਾਂ ਵਾਸਤੇ ਇਹ ਗੁਰੂ ਘਰ ਸੀ, ਇਸ ਲਈ ਇਹਦਾ ਨਾਮ ਗੁਰਦੁਆਰਾ ਮਾਈਆਂ ਸਾਹਿਬ ਰੱਖਿਆ ਗਿਆ। ਇੱਥੇ ਵੀ ਅੱਜ ਕੱਲ੍ਹ ਕਸ਼ਮੀਰੀ ਫੈਮਿਲੀ ਹੈ ਜਿਹੜੇ ਕਿ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ, ਇਸ ਵਾਸਤੇ ਸਿਰਫ ਗੁਰੂ ਘਰ ਦੇ ਬਾਅਦ ਹੀ ਦਰਸ਼ਨ ਕੀਤੇ ਹਨ। ਗੁਰਦੁਆਰਾ ਗੁਰੂ ਸਿੰਘ ਸਭਾ ਡੇਰਾ ਸਿੱਖੀ, ਜੇਮ ਇੰਟਰ ਹੋਣ ਤੋਂ ਪਹਿਲੇ ਮੋਟਰਵੇਅ ਦੇ ਉੱਤੇ ਅਗਰ ਤੁਸੀਂ ਜਾਓ ਲਾਹੌਰ ਤੋਂ, ਤੇ ਡੇਰਾ ਇੱਕ ਬਹੁਤ ਤਾਰੀਖੀ ਸ਼ਹਿਰ ਹੈ। ਜਿਹੜੇ ਮੇਰੇ ਰਾਗੀ ਭਾਈ ਨੇ ਉਹਨਾਂ ਨੇ ਰਾਗ ਵੈਰਵੀ ਦੇ ਮੁਤਲਕ ਸੁਣਿਆ ਹੋਏਗਾ, ਰਾਗ ਵੈਰਵੀ ਜਿਹੜਾ ਇਸ ਡੇਰਾ ਤੋਂ ਨਿਕਲਿਆ। ਔਰ ਮੈਂ ਕਹਾਂਗਾ ਕਿ ਇਹ ਗੁਰੂ ਘਰ ਦੀ ਆਪਣੀ ਆਰਕੀਟੈਕਚਰ ਦੇ ਵਿੱਚ ਬਿਲਕੁਲ ਡਿਫਰੈਂਟ ਹੈ। ਅਗਰ ਤੁਸੀਂ ਦੇਖੋ ਇੱਕ ਕੋਨੇ ਤੇ ਮੀਨਾਰ ਖਲੋਤਾ, ਘੱਟੋ ਘੱਟ 7 ਮੰਜ਼ਿਲਾਂ ਉੱਚਾ ਮੀਨਾਰ ਬਣਾਇਆ ਗਿਆ, ਔਰ ਉਸ ਤੋਂ ਬਾਅਦ ਗੁਰੂ ਘਰ ਨਾਲ ਇਹ ਹੁਣ ਅੱਜ ਕੱਲ੍ਹ ਸ਼ੀਆ ਸੈਕਟ ਜਿਹੜਾ ਹੈ ਮੁਸਲਿਮ ਦੇ ਅੰਦਰ ਉਹਨਾਂ ਦੀ ਇਮਾਮਬਾਰਗਾਹ ਹੈ। ਲੇਕਿਨ ਅਗਰ ਕੋਈ ਜਾਂਦਾ ਦੇਖਣ ਵਾਸਤੇ ਰਿਸਰਚਰ, ਤੋਂ ਇਨਕਾਰ ਨਹੀਂ ਕਰਦੇ ਗੁਰੂ ਘਰ ਨੂੰ ਖੋਲ੍ਹ ਕੇ ਦਿਖਾ ਦਿੰਦੇ। ਗੁਰਦੁਆਰਾ ਸ੍ਰੀ 6ਵੀਂ ਪਾਤਸ਼ਾਹੀ ਮੇਰਾ ਸ਼੍ਰੀ ਮੁਜ਼ਫਰਾਬਾਦ ਪਾਕਿਸਤਾਨ ਦੇ ਅੰਦਰ ਜਿਹੜਾ ਕਸ਼ਮੀਰ ਦਾ ਹਿੱਸਾ ਹੈ ਉਹਦੇ ਵਿੱਚ ਇਹ ਬੜਾ ਇੱਕ ਇਤਿਹਾਸਿਕ ਗੁਰਦੁਆਰਾ ਹੈ, ਜਿੱਥੇ ਬਹੁਤ ਕੁਛ ਵਰਤਿਆ, ਬਹੁਤ ਬਹੁਤ ਜ਼ਿਆਦਾ ਸਾਰਾ ਕੁਛ ਐਸਾ ਹੋਇਆ। ਇਹਦੇ ਲਾਗੇ ਹੀ ਗੁਰਮੇਲ ਪੁੱਲ ਹੈ ਜਿਹਦੇ ਉੱਤੇ ਖਾਲਸਾ ਜੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਗਿਆ, ਜਿਹਦੀ ਤਾਦਾਦ ਜਿਹੜੀ ਹੈ ਘੱਟੋ ਘੱਟ 3,400 ਸਿੱਖ ਵਿਅਕਤੀ ਦੀ ਦੱਸੀ ਜਾਂਦੀ ਹੈ ਕਿ ਉਹ ਇੱਥੇ ਸ਼ਹੀਦ ਕੀਤੇ ਗਏ। ਪਹਿਲੇ ਹਮਲੇ ਦੇ ਵਿੱਚ 34 ਤੋਂ 35 ਸਨ ਜਿਹੜੇ ਲੋਕ ਮੱਥਾ ਟੇਕਣ ਲਈ ਆ ਰਹੇ ਸਨ, ਅਤੇ ਫੌਜਾਂ ਨੇ ਹਮਲਾ ਕੀਤਾ ਔਰ ਸੰਗਤ ਨੂੰ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਵਾਰੀ ਵਾਰੀ ਲਿਆ ਕੇ ਇਸੇ ਪੁੱਲ ਦੇ ਉੱਤੇ ਜਿਹੜਾ ਸੰਗਤ ਦੇ 3400 ਵਿਅਕਤੀ ਜਿਹੜੇ ਨੇ ਉਹਨਾਂ ਨੂੰ ਇੱਥੇ ਸ਼ਹੀਦ ਕੀਤਾ ਗਿਆ ਸੀ। ਇਹ ਗੁਰੂ ਘਰ ਬਹੁਤ ਸੋਹਣਾ, ਬਹੁਤ ਸੋਲਿਡ ਬਣਿਆ ਹੋਇਆ, ਘੱਟੋ ਘੱਟ ਕੋਈ 120 ਸਾਲ ਪੁਰਾਣਾ ਗੁਰੂ ਘਰ ਹੈ। ਅੱਜ ਕੱਲ੍ਹ ਇੱਥੇ ਜੰਮੂ ਐਂਡ ਕਸ਼ਮੀਰ ਜਿਹੜਾ ਪਾਕਿਸਤਾਨ ਦਾ ਪਾਰਟ ਹੈ, ਉਹਨਾਂ ਦੀ ਪੋਲੀਸ ਜਿਹੜੀ ਹੈ ਉਹਨਾਂ ਨੇ ਅੰਡਰ ਆਉਂਦਾ ਹੈ, ਔਰ ਅਗਰ ਕੋਈ ਪੇਪਰ ਵਰਕ ਕੋਲ ਹੋਵੇ ਤਾਂ ਉਹ ਖੋਲ ਕੇ ਪੂਰੀ ਦਿਖਾ ਦਿੰਦੇ ਨੇ। ਸੰਤ ਸਿੰਘ ਖਾਲਸਾ ਹਾਈ ਸਕੂਲ, ਇਸ ਸਕੂਲ ਦੀ ਬੜੀ ਪਿਆਰੀ ਤਾਰੀਖ ਹੈ ਜੀ। 110 ਸਾਲ ਪਹਿਲੇ ਸਕੂਲ ਬਣਾਇਆ ਗਿਆ ਸੀ,
110 ਸਾਲ ਬਾਅਦ ਹੁਣ ਜਦੋਂ ਇਹ ਸਕੂਲ ਖਰਾਬ ਹੋ ਗਿਆ, ਇਹਨਾਂ ਛੱਤਾਂ ਡਿੱਗਣ ਵਾਲੀਆਂ ਹੋ ਗਈਆਂ ਅਤੇ ਸਰਕਾਰ ਨੇ ਇਹਨੂੰ ਦੁਬਾਰਾ ਬਣਾਉਣ ਦਾ ਫੈਸਲਾ ਕੀਤਾ ਅਤੇ ਜਿਹੜੇ ਹੀਰਾ ਸਿੰਘ ਜੀ ਸਨ ਉਹਨਾਂ ਦੇ ਪੋਤੇ ਜਿਹੜੇ ਕਿਸ ਵੇਲੇ ਦਿੱਲੀ ਦੇ ਵਿੱਚ ਮੌਜੂਦ ਨੇ, ਐਤਕੀ ਵਿਸਾਖੀ ਤੋਂ ਬਾਅਦ ਨੀਂਹ ਪੱਥਰ ਉਹਨਾਂ ਨੂੰ ਵੀ ਮਿਲਾ ਕੇ ਥਰਡ ਜਨਰੇਸ਼ਨ ਤੋਂ ਹੀ ਇਸ ਸਕੂਲ ਦਾ ਰਖਵਾਇਆ ਗਿਆ ਹੈ ਕਿ ਪਿਆਰ ਉਹਨਾਂ ਦਾ ਵੀ ਸਕੂਲ ਨਾਲ ਬੜਾ ਹੈ ਅਤੇ ਸ਼ਹਿਰ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਸਿੱਖ ਸੰਗਤ ਦੇ ਨਾਲ ਵੀ ਪਿਆਰ ਬਹੁਤ ਹੈ। ਕੋਈ ਵੀ ਨਵੀਂ ਖੁਸ਼ੀ ਹੁੰਦੀ ਹੈ ਤਾਂ ਦਿੱਲੀ ਤੋਂ ਸੰਗਤ ਉੱਤੇ ਚਕਵਾਲ ਪਾ ਦਿੱਤੀ ਜਾਂਦੀ ਹੈ। ਮੈਂ ਸੋਚਦਾ ਸਾਂ ਕਿ ਸੈਂਟਰਲ ਪੰਜਾਬ, ਨੌਰਥ ਵੈਸਟ ਪੰਜਾਬ ਜਾਂ ਕੇ ਪੀ ਕੇ ਪ੍ਰੋਵਿੰਸ ਦੇ ਵਿੱਚ ਹੀ ਗੁਰੂ ਘਰ ਮੌਜੂਦ ਨੇ, ਲੇਕਿਨ ਪੰਜਾਬ ਤੋਂ ਅਗਰ ਤੁਸੀਂ ਲਾਹੌਰ ਤੋਂ 12 ਘੰਟੇ ਤੁਸੀਂ ਵੈਸਟ ਵਾਲੀ ਸਾਈਡ ਉੱਤੇ ਟਰੈਵਲ ਕਰੋ ਤਾਂ ਅੱਗੇ ਜਾ ਕੇ ਆਉਂਦਾ ਹੈ ਰਾਜਨਪੁਰ, ਜਿੱਥੇ ਕਿ ਬਿਲਕੁਲ ਡੈਜ਼ਰਟ ਸ਼ੁਰੂ ਹੋ ਜਾਂਦਾ ਹੈ, ਰੇਗਿਸਤਾਨ ਸ਼ੁਰੂ ਹੋ ਜਾਂਦਾ, ਉੱਥੇ ਵੀ 120 ਸਾਲ ਪੁਰਾਣਾ ਗੁਰੂ ਘਰ ਜਿਹੜਾ ਤੁਹਾਨੂੰ ਉੱਥੇ ਮਿਲੇਗਾ ਰਾਜਨਪੁਰ ਸ਼ਹਿਰ ਦੇ ਵਿੱਚ। ਮਾਡਰਨ ਡੇਜ਼ ਵਿੱਚ ਜੰਗ ਘਰ ਦਾ ਬੜਾ ਜ਼ਿਕਰ ਹੁੰਦਾ ਹੈ, ਮੈਰਿਜ ਹਾਲ ਦਾ ਬੜਾ ਜ਼ਿਕਰ ਹੁੰਦਾ ਹੈ ਜੀ। ਸੰਨ 1947 ਤੋਂ ਪਹਿਲੇ 1935-1932 ਦੇ ਵਿੱਚ ਖਾਲਸਾ ਜੀ ਤੁਹਾਡਾ ਇੰਨਾ ਆਰਕੀਟੈਕਚਰ ਉਸ ਵੇਲੇ ਵੀ ਪਾਪੂਲਰ ਸੀ ਕਿ ਇਹ ਜੰਗ ਘਰ ਖਾਲਸਾ ਜੀ ਨੇ ਜਿੱਥੇ 3-3 ਦਿਨ ਆ ਕੇ ਬਾਰਾਤਾਂ ਕਰਦੀਆਂ ਰਹੀਆਂ ਨੇ। ਮੈਂ ਕਹਾਂਗਾ ਕਿ 3-3 ਮੰਜ਼ਿਲਾਂ, 3-3 ਦਿਨ ਲੋਕ ਆ ਕੇ ਠਹਿਰਦੇ ਸਨ, ਉਹ ਐਡੇ ਐਡੇ ਵੱਡੇ ਹਾਲ ਨੇ ਕਿ ਬੰਦਾ ਦੇਖ ਕੇ ਹੈਰਾਨ ਹੋ ਜਾਂਦਾ। ਇਹ ਉਸ ਜੰਗ ਘਰ ਦਾ ਅੰਦਰ ਵਾਲਾ ਹਿੱਸਾ ਹੈ। ਇਹ ਦੂਸਰਾ ਜੰਗ ਘਰ ਹੈ ਜੀ, ਤੁਸੀਂ ਦੇਖੋ ਕਿ ਗੁਰੂ ਘਰ ਔਰ ਟਾਪ ਦੇ ਉੱਤੇ ਸਜਿਆ ਹੈ। ਇਹ ਅੱਜ ਕੱਲ੍ਹ ਗਵਰਨਮੈਂਟ ਦਾ ਪ੍ਰਾਇਮਰੀ ਸਕੂਲ ਹੈ, ਬੱਚਿਆਂ ਨੂੰ ਐਜੂਕੇਸ਼ਨ ਦੇਣ ਵਾਸਤੇ ਇੱਥੇ ਉਪਰਾਲਾ ਕੀਤਾ ਜਾਂਦਾ ਹੈ। ਉਮੀਦ ਕਰਦਾ ਹਾਂ ਕਿ ਸੰਗਤ ਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਅੱਛੀਆਂ ਲੱਗੀਆਂ ਹੋਣਗੀਆਂ। ਟਾਈਮ ਘੱਟ ਹੋਣ ਅਨੁਸਾਰ ਮੈਂ ਆਪਣੀ ਸਲਾਈਡਸ ਨੂੰ ਇੱਥੇ ਹੀ ਬੰਦ ਕਰਾਂਗਾ ਔਰ ਮੈਂ ਫਿਰ ਇੱਕ ਵਾਰੀ ਰਿਕੁਐਸਟ ਕਰਾਂਗਾ ਸੰਗਤ ਵੱਲੋਂ ਕਿ ਪਲੀਜ਼ ਤੁਸੀਂ ਆਓ, ਆ ਕੇ ਦੇਖੋ ਖਾਲਸਾ ਜੀ ਦੀ ਇੱਕ ਇੱਕ ਇੱਟ ਜਿਹੜੀ ਹੈ ਉਹ ਆਪਣੀ ਓਰਿਜਨਲ ਹਾਲਤ ਵਿੱਚ ਪਾਕਿਸਤਾਨ 'ਚ ਪਈ ਹੋਈ ਹੈ। ਕੀ ਤੁਸੀਂ ਲਾਹੌਰ, ਕੀ ਤੁਸੀਂ ਪਿਸ਼ਾਵਰ, ਰਾਵਲਪਿੰਡੀ, ਕੋਇਟਾ, ਗੁਜਰਾਂਵਾਲਾ, ਮੈਂ ਕਹਾਂਗਾ ਜਿਸ ਸ਼ਹਿਰ ਦਾ ਵੀ ਨਾਮ ਲਓਗੇ ਉੱਥੇ ਘੱਟੋ ਘੱਟ 10 ਤੋਂ 20 ਨਿਸ਼ਾਨੀਆਂ ਖਾਲਸਾ ਜੀ ਦੀਆਂ ਹਿਸਟੋਰੀਕਲ ਹੋਣਗੀਆਂ ਔਰ ਮਾਡਰਨ ਆਰਕੀਟੈਕਚਰ ਦੇ ਵਿੱਚ ਵੀ ਤੁਹਾਡਾ ਬਹੁਤ ਕੁਛ ਹੋਇਆ ਹੋਇਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦਿਨ ਸ਼੍ਰੀ ਸ਼ਹੀਦ ਸ਼ਬੀਰ ਜਿਹਨਾਂ ਦਾ ਨਾਮ ਫੋਟੋ 'ਤੇ